ਬਈ ਇਸ ਆਪਣਾ ਸਾਡਾ ਇੱਕ ਕਾਰਗੋ ਆ ਜਾ ਰਹੀ ਹੈ ਇਸਨੇ ਪਿੰਡੀ ਦੀ ਅਤੇ ਇਹ ਚੈੱਕ ਕਰੋ ਮਾਲ ਮਾਲ ਮਾਸ਼ਾਅੱਲਾ ਇਹਦੇ ਵਿੱਚ ਹੈਗਾ ਵਾ ਛੋਟਾ ਵੀ ਆ ਬੜਾ ਵੀ ਆ ਇਹਦੇ ਵਿੱਚ ਆਪਣਾ ਮੁਰਗੀ ਸਟਾਰਟਰ ਆਂਡਾ ਦੇ ਰਹੀ ਹੈ ਇਹ ਛੋਟਾ ਚੂਜ਼ਾ ਵਿੱਚ ਅਸੀਂ ਯਾਨੀ ਕਿ ਆਪਣਾ ਕਈ ਜਿਹੜੇ ਸ਼ੌਕੀਨ ਆ ਹਜ਼ਰਾਤ ਉਹ ਲੈ ਰਹੇ ਆ ਅਤੇ ਇਹਦੀ ਇਸ ਟਾਈਮ ਆਪਣਾ ਵੇਟ ਐਵਰੇਜ ਹੈ ਵਾ ਤਕਰੀਬਨ ਅੱਧਾ ਕਿਲੋ ਤੋਂ ਉੱਤੇ ਹੀ ਆ ਅਤੇ ਜਿਹੜਾ ਦੂਸਰੀ ਆ ਇਸ ਟਾਈਮ ਸਟਾਰਟਰ ਉਹ ਮਾਸ਼ਾਅੱਲਾ ਇਸ ਟਾਈਮ 1200-1300 ਗ੍ਰਾਮ ਦੀ ਆ ਮੁਰਗੀ ਆਂਡਾ ਦੇ ਰਹੀ ਆ ਅਤੇ ਜਿਸ ਬਾਈ ਨੂੰ ਚਾਹੀਦੀ ਆ ਮੋਸਟਲੀ ਕਾਲਾਂ ਆ ਰਹੀਆਂ ਵਾ ਕਾਲਾਂ ਆਉਂਦੀਆਂ ਵਾ ਇਹ ਦੇਖੋ ਆ ਕਿ ਤੁਹਾਡੇ ਸਾਹਮਣੇ ਕਾਰਗੋ ਜਾ ਰਹੀ ਆ ਇਸ ਤੋਂ ਬਾਅਦ ਇਹ ਮਾਲ ਆ ਸਾਡੇ ਕੋਲ ਕੋਈ ਵੀ ਆਪਣਾ ਬਾਈ ਲੈਣਾ ਚਾਹੁੰਦਾ ਵਾ ਇਹ ਦੇਖ ਸਕਦੇ ਹਾਂ ਮਾਲ ਮਾਸ਼ਾਅੱਲਾ ਪੂਰਾ ਫਰੈਸ਼ ਆ ਇਸ ਟਾਈਮ ਇਹ ਸਾਡੇ ਕੋਲ 2000 ਨਾਲ ਜੀ ਅਤੇ ਇਹ ਚੈੱਕ ਕਰ ਸਕਦੇ ਹਾਂ ਜਿੱਦਾਂ ਅਤੇ ਇਸ ਤੋਂ ਇਲਾਵਾ ਕੋਈ ਵੀ ਆਪਣਾ ਕੋਈ ਬੜੀ ਮੁਰਗੀ ਆਪਣੇ ਕੋਲ ਸਟਾਰਟਰ ਮੁਰਗੀ ਹੈ 1000-2000 ਜਾਨਵਰ ਅਗਰ ਉਹਦੇ ਵਿੱਚੋਂ ਕੋਈ ਕਿਸੇ ਨੇ ਕੋਈ ਨਗ ਲੈਣੇ ਹੋਣ ਤਾਂ ਉਹ ਵੀ ਲੈ ਸਕਦੇ ਆ ਆਂਡਾ ਬਿਲਕੁਲ ਸਟਾਰਟ ਆ ਆਂਡੇ ਦੀ ਵੀਡੀਓ ਬਣਾ ਲਿਆ ਜੀ ਆਂਡਾ ਵੀ ਕਰ ਰਹੇ ਹਾਂ ਅਤੇ ਇਸ ਤੋਂ ਬਾਅਦ ਇਹ ਮਾਲ ਚੈੱਕ ਕਰ ਲਵੋ ਮਾਸ਼ਾਅੱਲਾ ਹੈ 2000 ਮਾਲ ਆ ਚੈੱਕ ਕਰੋ ਅਤੇ ਜਿਹੜਾ ਵੀ ਬਾਈ ਲੈਣਾ ਚਾਹੁੰਦਾ ਉਹ ਖਰੀਦ ਸਕਦਾ ਵਾ ਕਾਲਾਂ ਪਹਿਲੇ ਆ ਰਹੀਆਂ ਇਨਸ਼ਾਅੱਲਾ ਤੁਹਾਨੂੰ ਮਜ਼ੀਦ ਇਹਦੀ ਕਾਰਗੋ ਆਪਣਾ ਬਿਹਤਰ ਇਨਸ਼ਾਅੱਲਾ ਪਹੁੰਚੇਗੀ ਤੁਹਾਡੇ ਤੱਕ ਜਿਹੜੇ ਵੀ ਆ 1000-2000 ਵਾਲੇ ਨਗ ਲੈਣ ਵਾਲੇ ਜਿਹੜੇ ਕੋਲ ਪਾਲਤੂ ਰੱਖਣ ਵਾਲੇ ਆ ਉਹਨਾਂ ਨੂੰ ਵੀ ਇਨਸ਼ਾਅੱਲਾ ਮਿਲੇਗਾ ਮਾਲ ਅਤੇ ਦੂਸਰਾ ਜਿਨ੍ਹਾਂ ਨੇ ਆਂਡੇ ਵਾਸਤੇ ਲੈਣੀ ਆ 100-200 ਉਹ ਵੀ ਰਾਬਤਾ ਕਰ ਸਕਦੇ ਆ ਆਪਣਾ ਵੱਡੀ ਸਟਾਰਟਰ ਲੈਣੀ ਉਹ ਵੀ ਤੁਹਾਨੂੰ ਮਿਲ ਸਕਦੀ ਆ ਛੋਟਾ ਲੈਣਾ ਜਾਨਵਰ ਉਹ ਵੀ ਤੁਹਾਨੂੰ ਮਿਲ ਸਕਦਾ ਜਿਹੜਾ ਇਸ ਤੋਂ ਇਲਾਵਾ ਕੋਈ ਵੀ ਮਸਲਾ ਮਸਾਇਲ ਆ ਮੇਰਾ ਨੰਬਰ ਤੁਹਾਡੇ ਕੋਲ ਸਕਰੀਨ 'ਤੇ ਆ ਜਾਏਗਾ ਮੈਂ ਖੁਦ ਵੈਕਸੀਨੇਟਰ ਹਾਂ ਡਾਕਟਰ ਹਾਂ ਜਿੱਦਾਂ ਦੀ ਵੀ ਕੋਈ ਵੀ ਬਿਮਾਰੀ ਹੋਵੇ ਇਨਸ਼ਾਅੱਲਾ ਉਹਦਾ ਅਸੀਂ ਟ੍ਰੀਟਮੈਂਟ ਕਰੀਦਾ ਵੈਕਸੀਨ ਦੇ ਜ਼ਰੀਏ ਕਰੀਏ ਕੋਈ ਜਾਂ ਕੋਈ ਮੈਡੀਸਨ ਉੱਥੇ ਤੁਹਾਨੂੰ ਦੱਸ ਸਕਦੇ ਹਾਂ ਲੋਕੇਸ਼ਨ ਹੈ ਮੇਰੀ ਫੈਸਲਾਬਾਦ ਸਤਿਆਨਾ ਠੀਕ ਹੈ ਆ ਠੀਕ ਹੋ ਗਿਆ ਇਹ ਮੋਸਟਲੀ ਕਸਟਮਰ ਵੀਡੀਓ ਦੇਖਤੇ ਉਨਕੋ ਪਤਾ ਹੋਤਾ ਹੈ ਕਿ ਆਪ ਫੈਸਲਾਬਾਦ ਸਤਿਆਨਾ ਰੋਡ ਸੇ ਹੈਂ ਵਹਾਂ ਪੇ ਆਪਕੇ ਡਿਫਰੈਂਟ ਪਲੇਸਿਸ ਕੇ ਉੱਪਰ ਆਪਕੇ ਸ਼ੈੱਡ ਹੈ ਜੀ ਜੀ ਇਸਕੇ ਇਲਾਵਾ ਇਹ ਜੋ ਆਪ ਮਾਲ ਦਿਖਾ ਰਹੇ ਹੈ ਜੋ ਆਪਕੇ ਨੀਚੇ ਉੱਪਰ ਹਰ ਤਰਫ ਦਿਖ ਰਹਾ ਹੈ ਮਾਸ਼ਾਅੱਲਾ ਕਾਫੀ ਤਾਦਾਦ ਕੇ ਅੰਦਰ ਮੌਜੂਦ ਹੈ ਇਹ ਆਪ ਬਤਾ ਸਕਤੇ ਹੈ ਕਿਤਨੇ ਗ੍ਰਾਮ ਕਾ ਮਾਲ ਇਸ ਵਕਤ ਇਹ ਇਸ ਵਕਤ ਆਧਾ ਕਿਲੋ ਸੇ ਉੱਪਰ ਹੈ ਮੈਕਸਿਮਮ ਕਹਾਂ ਤੱਕ ਹੈ ਇਸਕਾ ਵੇਟ ਜੋ 800 ਗ੍ਰਾਮ ਤੱਕ ਹੈ ਹਾਂ 800 ਗ੍ਰਾਮ ਤੱਕ ਹੈ ਠੀਕ ਹੈ 800 ਗ੍ਰਾਮ ਤੱਕ ਹੈ ਕਿਉਂਕਿ ਇਹ ਹਮਨੇ 1 ਕਿਲੋ ਤੱਕ ਲੇਕਰ ਜਾਣਾ ਹੈ ਅੱਛਾ ਕਿਲੋ ਜਾ ਕਰ ਇਹ ਅੱਛਾ ਜਬ ਆਪ ਯਹਾਂ ਸੇ ਇਹ ਯਹਾਂ ਤੱਕ ਜੋ ਇਸਕੀ ਗਰੋਥ ਹੋ ਚੁਕੀ ਹੈ ਇਹ ਵੈਕਸੀਨੇਟਡ ਜੀ ਜੀ ਇਹ ਵੈਕਸੀਨੇਟਰ ਹੈ ਔਰ ਇਸਕੋ 3 ਵੈਕਸੀਨ ਹੋਈ ਹੈ NDIB ਹੋਈ ਹੈ NDLSOTA ਹੋਈ ਹੈ ਔਰ ਗੰਬੋਰ ਹੋਈ ਹੈ ਔਰ ਮੁਕੰਮਲ ਕਿਤਨੀ ਟੋਟਲ ਵੈਕਸੀਨ ਕਿਤਨੀ ਹੋਤੀ ਹੈ 3 ਇਸਕੇ ਇਲਾਵਾ ਇੱਕ NDH9 ਹੈ ਇੱਕ NDEDS ਹੈ 2 ਵੈਕਸੀਨ ਹੈ 2 ਉਹ ਏਜ ਕੇ ਸਾਥ ਇੱਕ NDLSOTA ਵੀ ਹੋਤੀ ਹੈ NDLSOTA ਉਹ ਹੋ ਗਈ ਹੈ ਅੱਛਾ ਕੋਈ ਅੰਡੇ ਕੀ ਵੀ ਵੈਕਸੀਨ ਹੋਤੀ ਜਬ ਸਟਾਰਟਰ ਮੁਰਗੀ ਹੋ ਜਾਏ ਅੰਡਾ ਦੇਣੇ ਲੱਗੇ ਉਸਕੀ ਵੀ ਕੋਈ ਵੈਕਸੀਨ ਜੀ ਜੀ ਬਿਲਕੁਲ ਹੋਤੀ ਹੈ NDEDS ਉਸਕਾ ਨਾਮ ਹੈ ਨਹੀਂ ਡਿਊਰੇਸ਼ਨ ਅਗਰ ਕੋਈ ਆਪਕੋ ਕਾਲ ਕਰਕੇ ਇਹ ਮਾਲ ਕਾਰਗੋ ਕਰਵਾਤਾ ਹੈ ਫਰਜ਼ ਕਰੇ ਯਹਾਂ ਸੇ ਆਪਕਾ ਮਾਲ ਜੈਸੇ ਪਹਿਲੇ ਇਹ ਰਾਵਲਪਿੰਡੀ ਜਾ ਰਹਾ ਹੈ ਵਹਾਂ ਪਹੁੰਚੇ ਤਾਂ ਉਹਨੇ ਕੌਣ ਸੀ ਅਬ ਜਾ ਕੇ ਵੈਕਸੀਨ ਕਰਨੀ ਪੜੇਗੀ ਸਰ ਉਸਕੋ ਨਾ ਜੋ ਦੇਸੀ ਤਰੀਕਾ ਕੇ ਹਿਸਾਬ ਸੇ ਉਹ ਹੈ ਇੱਕ ਪਤਾ ਡਿਸਕਰੀਨ ਕਾ ਔਰ ਉਸਮੇ ਤਕਰੀਬਨ ਅਗਰ ਜਾਨਵਰ 100 ਹੈ ਤਾਂ 1 ਕਿਲੋ ਗੁੜ ਹੋਗਾ 100 ਜਾਨਵਰ ਕਾ 1 ਕਿਲੋ ਗੁੜ ਔਰ ਇੱਕ ਡਿਸਕਰੀਨ ਕਾ ਇੱਕ ਪੱਤਾ ਇਹ ਜਾਤੇ ਹੀ ਇੱਕ ਪਾਣੀ ਹੋਗਾ ਉਸਕੇ ਬਾਅਦ ਸਾਦਾ ਪਾਣੀ ਔਰ ਉਸਕੇ ਬਾਅਦ ਬਰੂਫਨ ਕਾ ਪਾਣੀ ਠੀਕ ਹੋ ਗਿਆ ਅੱਛਾ ਯਹਾਂ ਕਾ ਫੈਸਲਾਬਾਦ ਕਾ ਮਾਹੌਲ ਜਿਸ ਤਰ੍ਹਾਂ ਕਾ ਵਹਾਂ ਪਈ ਸਰਵਾਈਵ ਕਰ ਰਹੇ ਹੈ ਈਜ਼ੀਲੀ ਮੈਂ ਦੇਖ ਰਹਾ ਹੂੰ ਬਹੁਤ ਅੱਛੇ ਹੈ ਜੇ ਭਈ ਰਾਵਲਪਿੰਡੀ ਚਲੇ ਜਾਏਗੇ ਵਹਾਂ ਕਾ ਮਾਹੌਲ ਚੇਂਜ ਹੋ ਜਾਏਗਾ ਕਿਆ ਇਹ ਐਸੇ ਹੀ ਸਰਵਾਈਵ ਕਰੇਂਗੇ ਉਧਰ ਜਾਂ ਥੋੜਾ ਸਾ ਕੋਈ ਇਫੈਕਟ ਪੜੇਗਾ ਉਸ ਮਾਹੌਲ ਦਾ ਇਸ ਉੱਪਰ ਸਫਰ ਕੇ ਲਿਹਾਜ਼ ਸੇ ਅਗਰ ਹਮ ਇਧਰ ਸੇ ਆਪਣਾ ਜੋ ਵੀ ਮੁਰਗਾ ਭੇਜਦੇ ਹਾਂ ਮੁਰਗੀ ਭੇਜਦੇ ਹਾਂ ਸਟਾਰਟਰ ਭੇਜਦੇ ਹਾਂ ਮੁਰਗੀ ਬੜੀ ਭੇਜਦੇ ਹਾਂ ਛੋਟਾ ਚੀਜ਼ਾ ਭੇਜਦੇ ਹਾਂ ਕੁਛ ਵੀ ਭੇਜਦੇ ਹਾਂ ਉਹ ਆਪਣਾ ਅਗਰ ਕੋਈ ਸਰ ਆਪਣਾ ਸਫਰ ਕਰਕੇ ਗਿਆ ਤਾਂ ਉਸਕੇ ਹਿਸਾਬ ਸੇ ਉਹ ਆਪਣਾ ਥੋੜਾ ਲੋ ਹੋਗਾ ਲੇਕਿਨ ਉਹ ਉਸਕਾ ਨਾ ਕੋਈ ਹੱਲ ਵੀ ਹੋਤਾ ਨਾ ਹੱਲ ਇਹ ਹੈ ਕਿ ਉਸਕੋ ਯਹੀ ਆਪਣਾ ਕੋਈ ਵੀ ਬਰੂਫਨ ਕਾ ਪਾਣੀ ਦੋ ਪੈਨਾਡੋਲ ਕਾ ਪਾਣੀ ਦੋ ਤਾਂ ਉਹ ਠੀਕ ਹੋ ਜਾਏਗਾ ਯਾਨੀ ਕਿ ਕਸਟਮਰ ਜੋ ਸਵਾਲ ਕਰਤੇ ਥੇ ਉਨਕਾ ਯਹਾਂ ਸੇ ਜਵਾਬ ਮਿਲ ਗਿਆ ਔਰ ਮੁਝੇ ਬਹੁਤ ਖੁਸ਼ੀ ਹੋਈ ਕਿ ਵਾਕਈ ਇਹ ਸਵਾਲ ਕਰਤੇ ਥੇ ਔਰ ਇਹ ਉਨਕਾ ਜਵਾਬ ਨਿਕਲ ਗਿਆ ਠੀਕ ਹੈ ਮਾਸ਼ਾਅੱਲਾ ਆਪਕੇ ਪਾਸ ਡਿਫਰੈਂਟ ਕਲਰ ਕੇ ਅੰਦਰ ਮਾਲ ਅਵੇਲੇਬਲ ਹੈ ਅਗਰ ਕੋਈ ਫੋਨ ਕਰਕੇ ਆਪਕੇ ਕਹੇ ਯਾਰ ਮੁਝੇ 30 ਪੀਸ ਚਾਹੀਏ ਉਹ ਵੀ ਮਿਲ ਜਾਏਗੇ ਇਸਕੇ ਇਲਾਵਾ ਹਮਾਰੀ ਵੈਸੇ ਨਾ ਕੋਸ਼ਿਸ਼ ਹੋਤੀ ਹੈ ਕਿ ਅਗਰ 150 ਕਾ ਹੋ ਅਗਰ ਮਜਬੂਰਨ ਅਗਰ ਕੋਈ 30-20 ਆਪਣਾ 20-30 ਵਾਲਾ ਆਤਾ ਹੈ ਨਾ ਤੋ ਅਨਕਾਰੀ ਕੋਈ ਨਹੀਂ ਹੈ ਇਨਸ਼ਾਅੱਲਾ ਮਿਲ ਜਾਏਗੇ ਕੋਈ ਮਸਲਾ ਨਹੀਂ ਹੈ ਕਾਰਗੋ ਕਰਵਾ ਦੇਂਗੇ ਆਪ ਆਲ ਪਾਕਿਸਤਾਨ ਮੇਂ ਕਾਰਗੋ ਕਰਵਾ ਦੇਂਗੇ ਜੀ ਜੀ ਇਹ ਭਾਈ ਹੈ ਮੇਰਾ ਸਾਥ ਇਹ ਇਧਰ ਹਮ ਕੰਮ ਕਰਤੇ ਹੈ ਇਹ ਆਪਣਾ ਕੰਮ ਹੈ ਆਪਕੇ ਕਿਤਨੀ ਜਗ੍ਹਾ ਪੇ ਔਰ ਮਜ਼ੀਦ ਸ਼ੈੱਡ ਹੈ ਇਹ ਮੇਰੇ 3 ਸ਼ੈੱਡ ਹੈ ਠੀਕ ਹੈ ਵਹਾਂ ਪਰ ਵੀ ਯਹੀ ਮਾਲ ਹੈ ਜੋ 800 ਗ੍ਰਾਮ ਤੱਕ ਹੈ ਜਾਂ ਵਹਾਂ ਪਰ ਅੰਡੇ ਵਾਲਾ ਮਾਲ ਹੈ ਅੰਡੇ ਵਾਲਾ ਮਾਲ ਹੈ ਯਾਨੀ ਕਿ ਅਗਰ ਕੋਈ ਕਸਟਮਰ ਆਪਕਾ ਫੋਨ ਕਰੇ ਕਿ ਮੁਝੇ ਅੰਡੇ ਵਾਲੀ ਮੁਰਗੀ ਚਾਹੀਏ ਉਹ ਆਪ ਦੇ ਦੇਂਗੇ ਜੀ ਜੀ ਮਿਲ ਜਾਏਗੀ ਚਲੇ ਵੈਲ ਐਂਡ ਗੁੱਡ ਹੋ ਗਿਆ ਸਰ ਅਗਰ ਆਪ ਇਨਸੇ ਕੋਈ ਵੀ ਆਪਕੀ ਮੁਰਗੀਓਂ ਕੇ ਬਾਰੇ ਮੇਂ ਕੋਈ ਇਨਫਾਰਮੇਸ਼ਨ ਲੈਣੀ ਨਾ ਵੈਕਸੀਨ ਕੇ ਮਤਲਬ ਜਾਂ ਬਿਮਾਰ ਹੋ ਗਈਆਂ ਕੋਈ ਵੀ ਬਿਮਾਰੀ ਆਈ ਹੈ ਤੋ ਇਹ ਆਪਕੇ ਸਾਹਮਣੇ ਇੱਕ ਬੰਦਾ ਮੌਜੂਦ ਹੈ ਜੀ ਡਾਕਟਰ ਸਾਹਿਬ ਇਹ ਆਪਕੋ A to Z ਸਾਰੀ ਇਨਫਾਰਮੇਸ਼ਨ ਦੇਗਾ ਅਗਰ ਆਪਕੋ ਕੋਈ ਮੈਡੀਸਨ ਨਹੀਂ ਮਿਲ ਰਹੀ ਕੋਈ ਵੈਕਸੀਨ ਨਹੀਂ ਮਿਲ ਰਹੀ ਤੋ ਇਹ ਆਪਕੋ ਕਾਰਗੋ ਕਰਵਾ ਦੇਂਗੇ ਉਸਕੇ ਮਤਲਬ ਕਿ ਇਹ ਆਪਕੋ ਖੁਦ ਹੀ ਬਤਾ ਦੇਂਗੇ ਆਪਕੋ ਇਨਕੇ ਵਟਸਐਪ ਪੇ ਰابطہ ਕਰ ਲੇ ਇਨਸੇ ਕਾਲ ਕਰ ਲੇ ਡਾਇਰੈਕਟ ਕਾਲ ਕਰ ਰਹੇ ਤੋ ਬਿਹਤਰ ਹੈ ਬਾਕੀ ਆਪਕੋ ਮਜ਼ੀਦ ਇਨਫਾਰਮੇਸ਼ਨ ਦੇ ਦੇਂਗੇ ਠੀਕ ਹੈ ਖਲੀਲ ਸਾਹਿਬ ਓਕੇ